ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਫਿਲਮ ਧਰਮ ਯੁੱਧ ਮੋਰਚਾ ਤੋਂ। ਫਿਲਮ ਧਰਮ ਯੁੱਧ ਮੋਰਚਾ ਨੂੰ ਸੈਂਸਰ ਬੋਰਡ ਨੇ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਦੂਜੇ ਪਾਸੇ ਫਿਲਮ ਦੇ ਨਿਰਦੇਸ਼ਕ ਨੇ ਫਿਲਮ ਦਾ ਇੱਕ ਵੀ ਸੀਨ ਕੱਟਣ ਤੋਂ ਇਨਕਾਰ ਕਰ ਦਿੱਤਾ। ਫਿਲਮ ਧਰਮ ਯੁੱਧ ਮੋਰਚਾ ਵਰਲਡ ਵਾਈਡ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਸੰਬੰਧੀ ਫਿਲਮ ਦੀ ਟੀਮ ਦਾ ਕੀ ਕਹਿਣਾ ਆਓ ਜਾਣਦੇ ਹਾਂ। ਧਰਮਯੁੱਧ ਮੋਰਚਾ ਫਿਲਮ ਵਰਲਡ ਵਾਈਡ ਅਸੀਂ 16 ਸਤੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹਾਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਦੇ ਵਿੱਚ। ਇੰਡੀਆ ਦੇ ਵਿੱਚ ਅਸੀਂ ਸੈਂਸਰ ਨੂੰ ਇਹ ਫਿਲਮ ਪਾਈ ਸੀ ਤੇ ਕੱਲ ਹੀ ਸੈਂਸਰ ਨੇ ਉਹਦੇ ਉੱਪਰ ਰੋਕ ਲਗਾ ਦਿੱਤੀ ਹੈ ਤੇ ਕਿਹਾ ਗਿਆ ਹੈਗਾ ਕਿ ਇਹਨੂੰ ਰਿਵਾਈਜ਼ਿੰਗ ਕਮੇਟੀ ਨੂੰ ਫਿਲਮ ਭੇਜੀ ਜਾਊਗੀ ਤੇ ਸ਼ਾਇਦ ਉਹਦੇ ਵਿੱਚੋਂ ਕੁਝ ਸੀਨ ਕੱਟਵਟ ਕਰਨ ਦੀ ਵੀ ਮੰਗ ਕੀਤੀ ਜਾਵੇ। ਪਰ ਸਾਡੀ ਟੀਮ ਨੇ ਫੈਸਲਾ ਕੀਤਾ ਕਿ ਅਸੀਂ ਇਹ ਫਿਲਮ ਦੇ ਵਿੱਚ ਕੋਈ ਵੀ ਕੱਟ ਨਹੀਂ ਲਗਾਵਾਂਗੇ ਤੇ ਜੇ ਇੰਡੀਆ ਦੇ ਸੈਂਸਰ ਦੇ ਵਿੱਚ ਅਸੀਂ ਹਾਈ ਕੋਰਟ ਦੇ ਵਿੱਚ ਅਪੀਲ ਜ਼ਰੂਰ ਕਰਾਂਗੇ ਬਟ ਅਸੀਂ ਉਹਦੇ ਵਿੱਚ ਕੱਟ ਕੋਈ ਨਹੀਂ ਲਗਾਵਾਂਗੇ ਤੇ ਅਸੀਂ ਵਰਲਡ ਵਾਈਡ ਬਾਕੀ ਸਾਰੇ ਕੰਟਰੀਜ਼ ਦੇ ਵਿੱਚ ਇਹ ਫਿਲਮ 16 ਸਪਤੰਬਰ ਨੂੰ ਰਿਲੀਜ਼ ਕਰਾਂਗੇ ਹੀ ਕਰਾਂਗੇ ਕਿਉਂਕਿ ਇਹ ਸਾਡਾ ਸਿੱਖ ਇਤਿਹਾਸ ਹੈ। ਇਹ 25-30 ਸਾਲ ਦੇ ਇਤਿਹਾਸ ਦੇ ਉੱਪਰ ਅਸੀਂ ਕੰਮ ਕੀਤਾ ਹੈਗਾ ਜਿਹੜਾ ਸੱਚਾਈ ਦੇ ਉੱਪਰ ਹੈ ਪੂਰਾ। ਸੋ ਜੇ ਇਹ ਇਤਿਹਾਸ ਜਿਹੜਾ ਦਰਬਾਰ ਸਾਹਿਬ ਦੇ ਅਜਾਇਬ ਘਰ ਦੇ ਵਿੱਚ ਪਿਕਚਰਸ ਲੱਗੀਆਂ ਹੋਈਆਂ ਨੇ ਜਿਹੜਾ 2-3 ਸਾਲ ਦੇ ਵਿੱਚ ਅਸੀਂ ਗੈਦਰ ਕੀਤਾ ਹੈਗਾ ਸੱਚਾਈ ਇਹ ਉਹਦੇ ਉੱਪਰ ਬੇਸਡ ਹੈ। ਸੋ ਅਸੀਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੱਟ ਵੱਟ ਨਹੀਂ ਕਰਾਂਗੇ। ਅਸੀਂ ਜਿਹੜਾ ਇਹ ਇਤਿਹਾਸ ਹੈ ਬਿਲਕੁਲ ਜਿਹੜਾ ਮਾਸਟਰ ਪੀਸ ਅਸੀਂ ਕ੍ਰੀਏਟ ਕੀਤਾ ਉਹਨੂੰ ਅਸੀਂ 16 ਸਤੰਬਰ ਨੂੰ ਵਰਲਡ ਵਾਈਡ ਰਿਲੀਜ਼ ਕਰਾਂਗੇ ਕਰਾਂਗੇ। ਆਪਾਂ ਕਿਸੇ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰ ਰਹੇ ਬਟ ਜਦੋਂ ਅੱਜ ਦੇ ਮੀਡੀਆ ਦੇ ਵਿੱਚ ਤੁਸੀਂ ਮੈਂ ਅਗੇਨ ਕਹਿ ਰਿਹਾ ਵੀ ਕਿਸੇ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰ ਰਹੇ ਜਦੋਂ ਫਿਲਮਸ ਬਣ ਸਕਦੀਆਂ ਨੇ ਬੈਂਡਿਡ ਕੁਈਨ, ਫੂਲਨ ਦੇਵੀ, ਵੀਰੱਪਨ, ਗੈਂਗਸ ਆਫ ਵੈਸੀਪੁਰ ਤੇ ਗੰਦੀ ਤੋਂ ਗੰਦੀ ਫਿਲਮਾਂ ਵੀ ਜਿਸਮ ਵਰਗੀ ਫਿਲਮਾਂ ਬਣ ਸਕਦੀਆਂ ਨੇ ਤਾਂ ਜਦੋਂ ਇੰਨਾ ਵਾਈਡ ਮੀਡੀਆ ਹੈਗਾ ਤੇ ਜੇ ਅਸੀਂ ਆਪਣੇ ਸਿੱਖ ਇਤਿਹਾਸ ਦੇ ਉੱਪਰ 25-30 ਸਾਲ ਦੇ ਇਤਿਹਾਸ ਦੇ ਉੱਪਰ ਕੰਮ ਕੀਤਾ ਤਾਂ ਉਹਦੇ ਵਿੱਚ ਬੈਨ ਵਾਲੀ ਕੀ ਗੱਲ ਹੈ ਜਦਕਿ ਅਸੀਂ ਕੋਈ ਵੀ ਉਹਦੇ ਵਿੱਚ ਡਾਇਲੋਗ ਇਹੋ ਜਿਹਾ ਨਹੀਂ ਲਿਖਿਆ ਹੈਗਾ ਜਿਹੜਾ ਇਹਦੇ ਵਿੱਚ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੇ ਬਟ ਫਿਰ ਵੀ ਇਹਨੂੰ ਬੈਨ ਲਗਾਇਆ ਗਿਆ ਹੈਗਾ। ਇਟ ਆਈ ਥਿੰਕ ਇਹ ਡੈਮੋਕ੍ਰੇਸੀ ਦੇ ਉੱਪਰ ਬਹੁਤ ਵੱਡਾ ਸਵਾਲ ਹੈਗਾ ਕਿ ਇਹ ਫਿਲਮ ਨੂੰ ਕਿਸ ਬੇਸਿਸ ਦੇ ਉੱਪਰ ਬੈਨ ਕੀਤਾ ਗਿਆ ਹੈਗਾ।